ਜਿਵੇਂ ਕਿ ਬੈਂਕੂਵਰ ਦੇ ਵਿੱਚ ਅੱਜ Honda Celebration of Lights fireworks ਦੀ ਅੱਜ ਪਹਿਲੀ ਰਾਤ ਹੈ ਤੇ ਇਸ ਦੌਰਾਨ ਜਿਹੜੇ 3 ਦਿਨ ਅਜਿਹੇ ਹੋਣਗੇ ਜਦੋਂ ਇਹ ਰਾਤ ਨੂੰ fireworks ਹੋਣਗੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਆਖਰ ਕੀ ਇਸ ਜਿਹੜਾ ਇਹ ਇਵੈਂਟ ਹੋ ਰਿਹਾ ਉਸ ਦਾ ਸਮਾਂ ਹੈ ਤੇ ਉਸ ਵਾਸਤੇ ਕਿਹੜੀਆਂ ਸ਼ਰਤਾਂ ਨੇ ਤੇ ਵੈਂਕੂਵਰ ਪੁਲਿਸ ਨੇ ਕਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਜਿਹੜੇ ਵੀ ਇਸ ਮੇਲੇ ਦਾ ਤੇ ਇਸ ਇਵੈਂਟ ਦਾ ਆਨੰਦ ਮਾਣਨ ਜਾ ਰਹੇ ਨੇ ਉਹਨਾਂ ਦੇ ਵਾਸਤੇ ਕਿਹੜੀਆਂ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਮੌਕੇ ਪੁਲਿਸ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਜਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਹਿਲਾਂ ਤੋਂ ਸੰਦੇਸ਼ ਹੈ ਕਿ ਇਸ ਤਰ੍ਹਾਂ ਕੋਈ ਵੀ ਨਸ਼ੇ ਦਾ ਸੇਵਨ ਨਾ ਕਰੇ ਸ਼ਰਾਬ ਜਾਂ ਹੋਰ ਨਸ਼ੇ ਲੈ ਕੇ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਹੈ ਸ਼ਨੀਵਾਰ ਨੂੰ ਯਾਨੀ ਕਿ ਅੱਜ 10000 ਤੋਂ ਵੱਧ ਲੋਕਾਂ ਦੇ ਉੱਥੇ ਪਹੁੰਚਣ ਦੀ ਉਮੀਦ ਹੈ ਜੋ ਕਿ ਵੈਨਕੂਵਰ ਸਿਟੀ ਦਾ ਬਹੁਤ ਵੱਡਾ ਇਵੈਂਟ ਹੋਵੇਗਾ ਇਸ ਮੌਕੇ ਸੁਰੱਖਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਅਦਾ ਕੀਤਾ ਜਾ ਰਿਹਾ ਹੈ ਇਸੇ ਕਰਕੇ ਕਾਫੀ ਜ਼ਿਆਦਾ ਚੱਪੇ-ਚੱਪੇ ਦੇ ਉੱਤੇ ਤੁਹਾਨੂੰ ਪੁਲਿਸ ਅਧਿਕਾਰੀ ਵੀ ਨਜ਼ਰ ਆਉਣਗੇ ਪੁਲਿਸ ਵਾਲੇ ਘੋੜਿਆਂ ਦੇ ਉੱਤੇ ਵੀ ਪੈਦਲ ਵੀ ਸਾਈਕਲ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਗਸ਼ਤ ਕਰਨਗੇ ਜਿਨ੍ਹਾਂ ਦੇ ਵੱਲੋਂ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ ਕਿਸੇ ਵੀ ਬੀਚ ਜਾਂ ਪਾਰਕ ਵਿੱਚ ਸ਼ਰਾਬ ਲਿਉਣਾ ਮਨਾ ਹੈ ਪੁਲਿਸ ਨੇ ਅਪੀਲ ਕੀਤੀ ਹੈ ਕਿ ਘਰ ਦੇ ਵਿੱਚ ਹੀ ਪੀ ਲਵੋ ਜਾਂ ਪੈਟੀਓ ਦੇ ਵਿੱਚ ਪਰ ਬੀਚ ਜਾਂ ਪਾਰਕ ਵਿੱਚ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਇਸ ਵਾਰ ਮੁਕਾਬਲਾ ਜਪਾਨ ਦੇ ਇਕੈਰੀਆ ਫਾਇਰਵਰਕਸ ਕੈਨੇਡਾ ਤੋਂ ਮਿਡਨਾਈਟ ਸਨ ਫਾਇਰਵਰਕਸ ਤੇ ਸਪੇਨ ਤੋਂ ਪਾਇਰੋਟੈਕਨੀਆ ਜ਼ਾਰਾਗੋਜ਼ਾਨਾ ਇਹਨਾਂ ਦਾ ਮੁਕਾਬਲਾ ਹੋਵੇਗਾ ਜੁਲਾਈ 23 27 ਤੇ 30 ਨੂੰ ਇਹ ਫਾਇਰਵਰਕਸ ਹੋਣਗੇ ਤੇ ਮੌਟਨ ਪਾਰਕ ਵਿੱਚ ਦੁਪਹਿਰ ਦੇ 2 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੇਲਾ ਵੀ ਲੱਗਣ ਵਾਲਾ ਹੈ ਤੇ ਤੁਸੀਂ ਇਸ ਮੇਲੇ ਦਾ ਵੀ ਆਨੰਦ ਮਾਣ ਸਕਦੇ ਹੋ ਤੇ ਉਸ ਤੋਂ ਬਾਅਦ ਅੱਗੇ ਫਾਇਰਵਰਕਸ ਦੇਖਣ ਦੇ ਵਾਸਤੇ ਜਾ ਸਕਦੇ ਹੋ ਜਿਵੇਂ ਕਿ ਇਹ ਮੇਲਾ ਜੋ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਲੱਗੇਗਾ ਜਿਹੜੇ ਦਿਨਾਂ ਵਿੱਚ ਇਹ ਫਾਇਰਵਰਕਸ ਹੋ ਰਹੇ ਨੇ ਜਿਵੇਂ ਕਿ 23 ਜੁਲਾਈ ਨੂੰ 27 ਜੁਲਾਈ ਨੂੰ ਤੇ 30 ਜੁਲਾਈ ਨੂੰ ਤੇ ਇਸ ਸਾਲ ਰੈਡ ਬੁੱਲ 에ਅਰ ਸ਼ੋ ਤੇ ਕੈਨੇਡੀਅਨ ਸਨੋਬਰਡਸ ਦੀ ਵੀ ਵਾਪਸੀ ਹੋ ਰਹੀ ਹੈ ਸਨੋਬਰਡਸ ਜੁਲਾਈ 27 ਦੀ ਰਾਤ ਨੂੰ ਉਡਾਣ ਭਰਨਗੇ ਡਰਾਈਵਰਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੱਛਮੀ ਹਿੱਸੇ ਤੇ ਕਿਟਸਿਲਾਨੋ ਪਾਈਚਾਰੇ ਵਿੱਚ ਸੜਕਾਂ ਬੰਦ ਰਹਿਣਗੀਆਂ ਤੇ ਆਤਿਸ਼ਯ ਬਾਜ਼ੀ ਦੀ ਹਰ ਰਾਤ ਨੂੰ ਜਿਹਾ ਹੋਵੇਗਾ ਅੱਜ ਵੀ ਸ਼ਾਮ ਦੇ 7 ਵਜੇ ਤੋਂ ਅੱਧੀ ਰਾਤ ਤੱਕ ਡੈਵੀ ਸਟਰੀਟ ਡੈਨਮਨ ਤੋਂ ਬਰਾਡ ਸਟਰੀਟ ਤੱਕ ਬੰਦ ਰਹੇਗੀ। ਡੈਨਮਨ ਐਲਬਰਨੀ ਸਟਰੀਟ ਤੋਂ ਬੀਚ ਐਵੇਨਿਊ ਤੱਕ ਤੇ ਬੀਚ ਸਟਰੀਟ ਸਟੈਲੇ ਪਾਰਕ ਤੋਂ ਥਰਲੋ ਸਟਰੀਟ ਤੱਕ ਬੰਦ ਰਹੇਗੀ। ਇਸ ਸਮੇਲੇ ਵਿੱਚ ਹਿੱਸਾ ਲੈਣ ਆਉਣ ਵਾਲਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਗੱਡੀਆਂ ਲੈ ਕੇ ਨਾ ਆਇਆ ਜਾਵੇ ਤਾਂ ਕਿ ਵਧੀਆ ਰਹੇਗਾ ਇਹ। ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਨਾਲ ਸਾਈਕਲ ਦੇ ਰਾਹੀਂ ਜਾਂ ਪੈਦਲ ਉੱਥੇ ਪਹੁੰਚਣਾ ਠੀਕ ਰਹੇਗਾ ਤਾਂ ਕਿ ਡਾਊਨਟਾਊਨ ਦੇ ਵਿੱਚ ਹੋਰ ਵੀ ਆਨੰਦ ਮਾਣਿਆ ਜਾ ਸਕੇ ਤੇ ਗੱਡੀਆਂ ਘੱਟ ਹੋਣ ਦੇ ਨਾਲ ਟ੍ਰੈਫਿਕ ਵੀ ਘੱਟ ਹੋਵੇ ਤੇ ਪਾਰਕਿੰਗ ਵੈਨਕੂਵਰ ਦੇ ਵਿੱਚ ਮਹਿੰਗੀ ਵੀ ਕਾਫੀ ਪੈ ਜਾਂਦੀ ਹੈ ਜਿਵੇਂ ਕਿ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ ਤਾਂ ਬੱਸ ਸਰਵਿਸ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਆਤੀਸ਼ਬਾਜ਼ੀ ਦੀ ਰਾਤ ਨੂੰ ਬੱਸਾਂ ਵੀ ਜ਼ਿਆਦਾ ਹੋਣਗੀਆਂ ਤੇ ਹਰ 2 ਤੋਂ 3 ਮਿੰਟ ਬਾਅਦ ਸਕਾਈਟ੍ਰੇਨ ਦੀ ਸਰਵਿਸ ਵੀ ਹੋਵੇਗੀ ਰਾਤ ਦੇ 10:30 ਵਜੇ ਤੋਂ ਬਾਅਦ ਸਕਾਈਟ੍ਰੇਨ ਦੇ ਉੱਤੇ ਸਾਈਕਲ ਲਿਉਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਜਦੋਂ ਭੀੜ ਘੱਟ ਹੋ ਜਾਂਦੀ ਹੈ ਤਾਂ ਸਾਈਕਲ ਲਿਆਂਦਾ ਜਾ ਸਕਦਾ ਹੈ ਸੀ ਬੱਸ ਦੀ ਸੇਲਿੰਗ ਵੀ ਹਰ 15 ਮਿੰਟ ਬਾਅਦ ਹੋਵੇਗੀ ਰਾਤ ਦੇ 9:30 ਵਜੇ ਤੋਂ ਲੈ ਕੇ 11:00 ਵਜੇ ਤੱਕ ਇਹ ਜਾਣਕਾਰੀ ਖਾਸ سانਝੀ ਕੀਤੀ ਗਈ ਹੈ ਤੇ ਤੁਸੀਂ ਇਸ ਇਵੈਂਟ ਦਾ ਲੁਤਫ ਚੁੱਕ ਸਕਦੇ ਹੋ ਜੇਕਰ ਤੁਸੀਂ ਵੈਨਕੂਵਰ ਦੇ ਨੇੜੇ ਰਹਿੰਦੇ ਹੋ ਤੇ ਸ਼ਨੀਵਾਰ ਨੂੰ ਇਸ 23 ਜੁਲਾਈ ਨੂੰ ਯਾਨੀ ਕਿ ਅੱਜ ਤਾਂ ਇਹ ਇਵੈਂਟ ਹੋ ਹੀ ਰਿਹਾ ਹੈ ਤੇ ਜੇਕਰ ਅੱਜ ਕੋਈ ਇਸ ਇਵੈਂਟ ਦੇ ਵਿੱਚ ਨਹੀਂ ਪਹੁੰਚ ਪਾਉਂਦਾ ਤਾਂ ਉਹ 27 ਜੁਲਾਈ ਨੂੰ ਜਾ ਤੀਜ ਲਈ ਨੂੰ ਵੀ ਪਹੁੰਚ ਸਕਦੇ ਨੇ ਤੇ ਇਸ ਮੇਲੇ ਦਾ ਆਨੰਦ ਮਾਣ ਸਕਦੇ ਨੇ ਇਸ ਦੇ ਨਾਲ ਹੀ ਹਸਿਸ ਖਬਰਾਂ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਪ੍ਰਨਿਤ ਕਰਨ ਦੀ ਇਜਾਜ਼ਤ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਨ ਦੇ ਲਈ ਸਤਿ ਸ੍ਰੀ ਅਕਾਲ